असियों बदमाशियां जेड़े लगते नहीं मरुतियां दे टाइम दे यार अज दे नहीं सारे चैनल पछाण दे अखबारां वाले जान दे सारे चैनल पछाण दे अखबारां वाले जान दे के असी भज दे नहीं ਸਾਡੇ ਪਿੰਡ ਇੱਕ ਵਾਰੀ ਸ਼ੇਰ ਆ ਗਿਆ ਸੀ ਮੇਰੇ ਦਾਦੇ ਨੇ ਵੜ ਕੇ 1.5 ਸਾਲ ਬੰਨੀ ਰੱਖਿਆ ਫਿਰ ਜੰਗਲਾਤ ਵਾਲੇ ਆਏ ਫਿਰ ਸ਼ੇਰ ਕਹਿੰਦਾ ਮੈਂ ਜਾਣਾ ਨਹੀਂ ਉਹ ਵੀ ਨਾ ਤੂੰ ਸਮਝੀ ਜਿਹੜੇ ਰੱਖਦੇ ਦਨਾਲੀਆਂ ਉਹ ਵੀ ਨਾ ਤੂੰ ਸਮਝੀ ਜਿਹੜੇ ਖੋ ਲੈਂਦੇ ਵਾਲੀਆਂ ਉਹ ਵੀ ਨਾ ਤੂੰ ਸਮਝੀ ਜਿਹੜੇ ਖੋ ਲੈਂਦੇ ਵਾਲੀਆਂ ਬਸ ਅੜਨਾ ਆ ਜਾਣਦੇ ਸਿੱਧਾ ਵਰਨਾ ਆ ਜਾਣਦੇ ਕਦੇ ਕੱਜਦੇ ਨਹੀਂ ਕਦੇ ਘੁੰਮਿਆ ਨਾ ਪਿੱਛੇ ਮੈਂ ਸਾਰੇ ਸੱਚੇ ਕਾਂਡ ਨੇ ਜਿੰਨੇ ਗਾਣੇ ਲਿਖੇ ਮੈਂ ਉਹ ਘਰੋਂ ਆ ਕੇ ਲੈ ਕੇ ਗਏ ਕਦੇ ਘੁੰਮਿਆ ਨਾ ਪਿੱਛੇ ਮੈਂ ਸਾਰੇ ਸੱਚੇ ਕਾਂਡ ਨੇ ਜਿੰਨੇ ਗਾਣੇ ਲਿਖੇ ਮੈਂ ਸਰਚ ਅੰਦਰ ਭੰਡਾਰੀ ਕਰੀ ਪਰ ਵੀਰ ਜੀ ਤਾਂ ਚੋਰੀ ਕਰੀ ਨੀ ਤੈਨੂੰ ਫੇਰ ਪਤਾ ਲੱਗਣਾ ਨੀ ਸੱਚੀ ਫੇਰ ਪਤਾ ਲੱਗਣਾ ਯਾਰ ਅੱਜ ਦੇ ਨਹੀਂ ਆਪਣੇ ਬੌਂਸਰ ਸਾਂਭ ਕੇ ਰੱਖ ਓਏ ਅੱਜ ਕੱਲ੍ਹ ਮੈਨੂੰ ਫੋਟੋਆਂ ਕਰਵਾਉਣ ਨੂੰ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਇੰਦਰ ਪੰਡੋਰੀ ਤੇ ਮੇਰੇ ਨਾਲ ਵੱਡਾ ਵੀਰ ਜੇਕੇ ਤੇ ਹਾਂਜੀ ਕਿਵੇਂ ਲੱਗਾ ਵੀ ਸਾਡਾ ਸ਼ਰੀਫ ਬਦਮਾਸ਼ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਗਾਣਾ ਵਧੀਆ ਲੱਗਾ ਤੇ ਸ਼ੇਅਰ ਵੀ ਜ਼ਰੂਰ ਕਰਨਾ ਹਾਂਜੀ ਤੇ ਸਾਡੇ ਆਉਣ ਵਾਲੇ ਅਗਲੇ ਗਾਣੇ ਦੀ ਨੋਟੀਫਿਕੇਸ਼ਨ ਦੇ ਲਈ ਪਲੀਜ਼ ਸਾਡੇ ਫੋਕਰ ਕਾਰਡ ਦਾ ਚੈਨਲ ਸਬਸਕ੍ਰਾਈਬ ਕਰ ਦਿਓ ਜੀ